एकता टीवी विच आप जी का स्वागत है। जो तस्वीरां देख रहे हो जलंधर दियां ने, जिथे अज विधायक बाबा हैनरी वालों वख वख थावां दे विच जाके अज विकास कार्यां दे उद्घाटन किए गए। आओ गल कराउंदे आ तुहाडी विधायक दे नाल, जिन्हां दे इलाके दे विच अज बाबा हैनरी जी वालों विकास कार्यां दे कार्ज किए गए, और उन्हां ने आउण वालियां विधानसभा नूं लै के वड्डे ऐलान भी किए ने, और ये शुभ आरंभ उन्हां ने छोटे छोटे बच्चों तो रिबन कटवा के किया। कर दियो साडे नाम ते व्याज। उठ मार के लारे ला के वड़े वड़े पोस्टर ला के हवाई गला करके ते लोका साडा वीर साडे मान ते सत्कार योग साबका कैबिनेट मंत्री पंजाब श्री अवतार जी हैनरी दे दिते हुए दिशा निर्देशों अनुसार MLA बाबा हैनरी जी दिन रात इलाके की सेवा कर रहे ने, और किता उन्होंने, और जो साडे सर विधायक बाबा हैनरी वालों तुहाडे वार्ड दे विच उद्घाटन किए गए, उन्होंने दस्सो किन्ने उद्घाटन किए, किहड़े किहड़े प्रोजेक्ट दे उद्घाटन होए अज जी? सब तो पहला टूर इनकलेव दे विच जिहड़ा 33 लाख की लागत के नाल जिहड़ियां नवीं सड़कां बन जा रही उन्होंने उद्घाटन सी। उस तो बाद जिहड़ा जिंदा पिंड है वो जिहड़ा छप्पड़ सी जिथे कूड़े का डंप बनया हुंदा सी उत्थे एक असीं स्मार्ट पार्क बनाउण जा रहे हैं 25 लाख की लागत के नाल, उसका उद्घाटन सी। ते हुण शामी जिहड़ा आ वो असीं इंदिरा कलोनी दे विच 54 लाख की लागत के नाल जिहड़ा शिवरेज पार्क दे सड़कां तैयार कीतियां ਜਿਹੜਾ ਵੀ ਜਿਹੜਾ ਪਾਰਕ ਸੀਗਾ ਜਿੰਦਾ ਪਿੰਡ ਦੇ ਵਿੱਚ ਸੀਗਾ ਉਹ ਕਿੰਨਾ ਪੁਰਾਣਾ ਸੀ, ਉਹ ਕੀ ਸੀਗਾ ਪਹਿਲਾਂ ਅਤੇ ਹੁਣ ਕੀ ਉਹਨੂੰ ਕੀ ਹੋਣ ਲੱਗਾ? ਪਹਿਲਾਂ ਉਹ ਪਿੰਡ ਦਾ ਛੱਪੜ ਸੀ ਜੀ, ਸਰਕਾਰੀ ਛੱਪੜ ਸੀ ਉਹ, ਔਰ ਉੱਥੇ ਕੂੜੇ ਦਾ ਡੰਪ ਬਣਿਆ ਹੋਇਆ ਸੀ, ਲੋਕ ਕੂੜਾ ਸੁੱਟਦੇ ਸੀ ਲਾਗੇ ਲਾਗੇ ਕਲੋਨੀਆਂ ਦੇ। ਅਤੇ ਹੁਣ ਬਾਬਾ ਜੀ ਨੂੰ ਅਸੀਂ ਰਿਕੁਐਸਟ ਕੀਤੀ, ਬੇਨਤੀ ਕੀਤੀ, ਅਤੇ ਉਹਨਾਂ ਨੇ 142 ਮਰਲੇ ਜਗ੍ਹਾ ਆ ਜਿਹਦੇ ਵਿੱਚ 72 ਮਰਲੇ ਦੇ ਵਿੱਚ ਜਿਹੜਾ ਆ ਉਹ ਪਾਰਕ ਬਣਨ ਜਾ ਰਿਹਾ 25 ਲੱਖ ਦੀ ਲਾਗਤ ਦੇ ਨਾਲ, ਅਤੇ ਬਾਕੀ 70 ਮਰਲੇ ਜਿਹੜੀ ਜਗ੍ਹਾ ਆ ਉਹਦੇ ਵਿੱਚ 3 ਕਰੋੜ ਦੀ ਲਾਗਤ ਦੇ ਨਾਲ ਮਲਟੀ ਸਟੋਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ। ਇਹ ਕੰਮ ਕਦੋਂ ਸ਼ੁਰੂ ਹੋ ਜਾਏਗਾ ਸਟਾਰਟਿੰਗ ਕੰਮ ਕਦੋਂ ਸ਼ੁਰੂ ਹੋ ਜਾਏਗਾ? ਅੱਜ ਤੋਂ ਹੀ ਸ਼ੁਰੂ ਹੋ ਜਾਏਗਾ ਕਿ ਇੱਕ ਦੋ ਦਿਨਾਂ ਤੱਕ ਕੰਮ ਸ਼ੁਰੂ ਹੋ ਜਾਏਗਾ? ਜੀ ਨਹੀਂ ਪੱਤਰ ਰੱਖਿਆ, ਇੱਕ ਦੋ ਦਿਨਾਂ ਤੱਕ ਕੰਮ ਸ਼ੁਰੂ ਹੋਏਗਾ। ਅਤੇ ਜਿਹੜਾ ਸ਼ਾਮੀ ਵਿਧਾਇਕ ਬਾਬਾ ਜੀ ਨੇ ਉਦਘਾਟਨ ਕੀਤਾ ਉਹਦੇ ਬਾਰੇ ਦੱਸ ਦਿਓ ਮਾੜਾ। ਜਿਹੜਾ ਸ਼ਾਮੀ ਹੁਣ ਉਦਘਾਟਨ ਕੀਤਾ ਇਹ ਇੰਦਰਾ ਕਲੋਨੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਮੱਸਿਆ ਬਣੀ ਸੀ ਕਿ ਜਿਹੜੀ ਸੀਵਰੇਜ ਆ ਉਹ ਬੈਕ ਮਾਰ ਜਾਂਦਾ ਸੀ, ਜਿੱਧਰ ਨੂੰ ਸੀਵਰੇਜ ਨੇ ਬਾਹਰ ਜਾਣਾ ਸੀ ਉੱਧਰੋਂ ਉੱਚਾ ਰੱਖਿਆ ਹੋਇਆ ਸੀ, ਅਤੇ ਜਿੱਧਰੋਂ ਪਿੱਛੋਂ ਆਉਣਾ ਸੀ ਪਾਣੀ ਉੱਧਰੋਂ ਨੀਵਾਂ ਸੀ, ਜਿਹਦੇ ਕਾਰਨ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਬਣ ਜਾਂਦੀ ਸੀ, ਔਰ ਉਹ ਪਾਣੀ ਜਿਹੜਾ ਇਕੱਠਾ ਹੋ ਕੇ ਉਹਦੇ ਵਿੱਚ ਸੁੰਦੀਆਂ ਚੱਲ ਜਾਂਦੀਆਂ ਸੀ, ਅਤੇ ਇਲਾਕਾ ਨਿਵਾਸੀ ਜਿਹੜੇ ਆ ਬਹੁਤ ਪਰੇਸ਼ਾਨ ਹੁੰਦੇ ਸੀ, ਗਰੀਬ ਸਾਰੇ ਇਲਾਕੇ ਦੇ ਵਿੱਚ ਰਹਿੰਦੇ ਆ, ਔਰ ਬਹੁਤ ਜ਼ਿਆਦਾ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਡੇਂਗੂ ਵਗੈਰਾ ਮਲੇਰੀਆ ਵਗੈਰਾ ਦਾ। ਸੋ ਅੱਜ ਜਿਹੜਾ ਉਹਨਾਂ ਨੂੰ ਉਸ ਗੰਦੇ ਪਾਣੀ ਤੋਂ ਜਿਹੜੀ ਆ ਉਹ ਨਿਜਾਤ ਮਿਲੀ ਆ, ਉਹ ਝੜਕਾਂ ਜਿਹੜੀਆਂ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ।